वाहिगुरु जी का खालसा वाहिगुरु जी की फतेह। अनमोल विचार चैनल विच आप सब दा स्वागत है। अपनी अज दी वीडियो शुरू करन तो पहला आप जी दे चरणा दे विच बेनती है कि अपनी अज दी वीडियो नू पूरा अंत तक ध्यान दे नाल जरूर सुनियो जी, क्योंकि अज दी वीडियो दे विच कीती जाण वाली एक एक गल बहुत कीमती है, साडे काम आउण वाली आ। इह गल्लां साडी जिंदगी नू सवार सकदियां ने, सानू साडी जिंदगी दे विच आउण वाले दुख तकलीफां तों बचा सकदियां ने। ते इस करके वीडियो नू पूरा सुनियो अते वीडियो सुनदिया सुनदिया कमेंट बॉक्स दे विच वाहिगुरु जी अते नाल नाल वीडियो नू लाइक जरूर कर दियो जी। तो आओ अज दी वीडियो शुरू करते हैं। देखो अपने मन दे विच कई बार ना कई तरह के सवाल आउंदे जांदे रहिंदे आ, खास करके अपने कर्मां नू लैके कि इह कर्म की ने। इहदे संबंध विच सानू साडे संत महापुरख जी हमेशा समझाउंदे ने कि जो भी अज सानू मिल रहा है जां फिर अगे मिलना है, ਇਹ ਸਭ ਕੁਝ ਸਾਨੂੰ ਸਾਡੇ ਕੀਤੇ ਹੋਏ ਕੰਮਾਂ ਦੇ ਕਰਮਾਂ ਦੇ ਆਧਾਰ ਤੇ ਮਿਲਣਾ ਹੈ। ਭਾਵ ਕਿ ਜੋ ਅੱਜ ਆਪਾਂ ਕੰਮ ਕਰ ਰਹੇ ਹਾਂ ਨਾ, ਉਹੀ ਸਾਡੇ ਕਰਮ, ਉਹੀ ਸਾਡੇ ਲੇਖ ਬਣਦੇ ਨੇ ਅਤੇ ਉਹਨਾਂ ਦੇ ਆਧਾਰ ਤੇ ਹੀ ਸਾਨੂੰ ਸਭ ਕੁਝ ਮਿਲ ਰਿਹਾ ਹੈ। ਜੋ ਅੱਜ ਆਪਾਂ ਵਰਤ ਰਹੇ ਹਾਂ ਜਾਂ ਫਿਰ ਕੱਲ੍ਹ ਨੂੰ ਵਰਤਣਾ ਹੈ, ਇਹ ਸਭ ਕੁਝ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦੇ ਆਧਾਰ ਤੇ ਮਿਲਣਾ ਹੈ। ਜੇ ਕੋਈ ਮਨੁੱਖ ਚੰਗੇ ਕੰਮ ਕਰਦਾ ਹੈ ਤਾਂ ਉਹਦੇ ਚੰਗੇ ਕਰਮ ਬਣ ਜਾਂਦੇ ਨੇ, ਚੰਗੇ ਲੇਖ ਬਣ ਜਾਂਦੇ ਨੇ। ਪਰ ਜੇਕਰ ਕੋਈ ਮਾੜੇ ਕੰਮ ਕਰ ਰਿਹਾ ਹੈ ਤਾਂ ਉਹਦੇ ਮਾੜੇ ਲੇਖ ਬਣਨੇ ਹੀ ਬਣਨੇ ਆ, ਕਿਉਂਕਿ ਕਰਮਾਂ ਦੀ ਖੇਡ ਤੋਂ ਨਾ ਕੋਈ ਅੱਜ ਤੱਕ ਬਚ ਸਕਿਆ ਹੈ ਅਤੇ ਨਾ ਹੀ ਬਚਣਾ ਹੈ। ਕਈ ਵਾਰ ਕੀ ਹੁੰਦਾ ਕਿ ਸਾਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਸਪਸ਼ਟ ਹੁੰਦਾ ਦਿਖ ਰਿਹਾ ਹੈ ਪਰ ਅਸੀਂ ਮੰਨਦੇ ਨਹੀਂ। ਹੁਣ ਜਿਵੇਂ ਮੰਨ ਲਓ ਕਈ ਵਾਰ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਘਟਨਾ ਐਸੀ ਹੋ ਜਾਂਦੀ ਆ, ਕੋਈ ਦੁੱਖ ਤਕਲੀਫ ਐਸਾ ਆ ਜਾਂਦਾ ਹੈ ਕਿ ਸਾਨੂੰ ਸਪਸ਼ਟ ਰੂਪ ਦੇ ਵਿੱਚ ਦਿਸਦਾ ਹੈ ਕਿ ਇਹ ਸਾਨੂੰ ਸਾਡੀ ਗਲਤੀ ਦੀ ਹੀ ਸਜ਼ਾ ਮਿਲੀ ਆ, ਸਾਡੀ ਲਾਪਰਵਾਹੀ ਦੀ ਹੀ ਸਜ਼ਾ ਮਿਲੀ ਆ। ਪਰ ਸਾਡੀ ਆਦਤ ਆ ਕਿ ਅਸੀਂ ਚੰਗੇ ਨੂੰ ਸਵੀਕਾਰ ਕਰਨਾ ਹੈ। ਜੇ ਤਾਂ ਸਾਡੇ ਨਾਲ ਕੁਝ ਚੰਗਾ ਹੋਇਆ ਫਿਰ ਤਾਂ ਅਸੀਂ ਹੁੰਮਾ ਹੁਮਾ ਕੇ ਕਵਾਂਗੇ ਕਿ ਇਹ ਮੈਨੂੰ ਮੇਰੇ ਚੰਗੇ ਕਰਮਾਂ ਦਾ ਫਲ ਮਿਲ ਗਿਆ, ਮੇਰੀ ਚੰਗੀ ਕਿਸਮਤ ਆ, ਵਾਹਿਗੁਰੂ ਜੀ ਨੇ ਮੇਰਾ ਸਾਥ ਦਿੱਤਾ ਹੈ। ਪਰ ਜਦੋਂ ਹੀ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਆਉਂਦਾ ਹੈ, ਕੋਈ ਮਾੜੀ ਘਟਨਾ ਬੀਤਦੀ ਆ, ਉਸੇ ਵੇਲੇ ਅਸੀਂ ਪਲਟੀ ਮਾਰ ਜਾਂਦੇ ਹਾਂ। ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਗਿਲੇ ਸ਼ਿਕਵੇ ਸ਼ਿਕਾਇਤਾਂ ਕਰਦੇ ਹਾਂ ਕਿ ਵਾਹਿਗੁਰੂ ਜੀ ਤੁਸੀਂ ਮੇਰੇ ਨਾਲ ਇਹ ਮਾੜਾ ਕਿਉਂ ਕੀਤਾ, ਮੈਂ ਤਾਂ ਕਦੇ ਵੀ ਕਿਸੇ ਦਾ ਦਿਲ ਨਹੀਂ ਦੁਖਾਇਆ। ਅਸੀਂ ਆਪਣੀਆਂ ਗਲਤੀਆਂ ਕਰਕੇ ਵੀ ਮੁੱਕਰ ਜਾਂਦੇ ਹਾਂ ਪਰ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਸੰਤ ਮਹਾਂਪੁਰਖਾਂ ਨੇ ਵਾਰ ਵਾਰ ਇਹ ਗੱਲ ਸਮਝਾਈ ਆ ਕਿ ਸਾਡੇ ਨਾਲ ਜੋ ਵੀ ਹੋ ਰਿਹਾ ਹੈ, ਜੋ ਹੋਣਾ ਹੈ, ਸਾਡੇ ਹੀ ਕਰਮਾਂ ਦੇ ਹਿਸਾਬ ਦੇ ਨਾਲ ਹੋਣਾ ਹੈ। ਜੋ ਅੱਜ ਆਪਾਂ ਕੰਮ ਕਰਦੇ ਹਾਂ ਉਹੀ ਕਰਮ ਉਹੀ ਲੇਖ ਬਣਦੇ ਆ। ਇਸ ਕਰਕੇ ਚੰਗੇ ਕੰਮ ਕਰੋ, ਸਰਬੱਤ ਦਾ ਭਲਾ ਕਰੋ। ਪਰ ਅਸੀਂ ਭਲਾ ਕਰਨ ਦੀ ਗੱਲ ਤਾਂ ਦੂਰ ਰਹਿ ਗਈ, ਅਸੀਂ ਤਾਂ ਕਿਸੇ ਦਾ ਭਲਾ ਹੁੰਦਾ ਦੇਖ ਕੇ ਜਰਦੇ ਹੀ ਨਹੀਂ ਅਤੇ ਦੂਸਰੀ ਗੱਲ ਕਿ ਅਸੀਂ ਤਾਂ ਬਿਨਾਂ ਕਸੂਰ ਤੋਂ ਹੀ ਦੂਜਿਆਂ ਨੂੰ ਸਜ਼ਾ ਦੇਣ ਦੇ ਉੱਤੇ ਲੱਗੇ ਹੋਏ ਹਾਂ। ਗੁਰੂ ਸਾਹਿਬ ਜੀ ਨੇ ਸਾਨੂੰ ਸਪਸ਼ਟ ਰੂਪ ਦੇ ਵਿੱਚ ਸਮਝਾ ਦਿੱਤਾ ਕਿ ਭਲਿਆ ਜੋ ਤੂੰ ਬੀਜੇਗਾ ਨਾ ਉਹੀ ਤੈਨੂੰ ਵੱਢਣਾ ਪੈਣਾ ਹੈ। ਤਾਂ ਫਿਰ ਕਿਉਂ ਨਾ ਆਪਾਂ ਚੰਗੇ ਕੰਮ ਕਰੀਏ, ਸਰਬੱਤ ਦਾ ਭਲਾ ਕਰੀਏ, ਕਿ ਸਾਨੂੰ ਤਾਂ ਬੁਰੇ ਦੇ ਨਾਲ ਵੀ ਬੁਰਾ ਕਰਨ ਤੋਂ ਵਰਜਿਆ ਹੈ, ਵੀ ਬੁਰੇ ਦਾ ਵੀ ਆਪਾਂ ਭਲਾ ਮੰਗਣਾ ਹੈ। ਪਰ ਆਪਾਂ ਬੁਰੇ ਦਾ ਭਲਾ ਤਾਂ ਕੀ ਕਰਨਾ, ਅਸੀਂ ਤਾਂ ਬਿਨਾਂ ਕਸੂਰ ਤੋਂ ਹੀ ਦੂਜਿਆਂ ਨੂੰ ਸਜ਼ਾ ਦੇਣ ਦੇ ਉੱਤੇ ਲੱਗੇ ਹਾਂ। ਸਾਡੇ ਕੋਲ ਜ਼ਰਾ ਜਿੰਨੀ ਪਾਵਰ ਆ ਜਾਵੇ ਤਾਂ ਅਸੀਂ ਉਸ ਪਾਵਰ ਦਾ ਗਲਤ ਇਸਤੇਮਾਲ ਕਰਦੇ ਹਾਂ। ਪਾਵਰ ਛੱਡੋ, ਸਾਡੇ ਹੱਥ ਦੇ ਵਿੱਚ ਇੱਕ ਛੋਟਾ ਜਿਹਾ ਡੰਡਾ ਆ ਜਾਵੇ ਨਾ, ਅਸੀਂ ਉਹ ਵੀ ਵੇਹਨੇ ਵੀ ਹੁਣ ਇਹ ਡੰਡੇ ਦਾ ਕੀ ਕਰੀਏ, ਕਿਹਨੂੰ ਮਾਰੀਏ। ਹੋਰ ਕਿਸੇ ਦਾ ਜ਼ੋਰ ਨਹੀਂ ਚੱਲਦਾ ਤਾਂ ਬੇਜ਼ਬਾਨਿਆਂ 'ਤੇ ਹੀ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਰਸਤੇ ਦੇ ਵਿੱਚ ਕੋਈ ਡੰਗਰ ਮਿਲਿਆ, ਕੋਈ ਕੁੱਤਾ ਮਿਲ ਗਿਆ, ਕੋਈ ਇੱਦਾਂ, ਉਹਦੇ ਉੱਤੇ ਹੀ ਡੰਡਾ ਚਲਾਉਣਾ ਸ਼ੁਰੂ ਕਰ ਦੇਣਾ ਹੈ। ਪਰ ਮਹਾਂਪੁਰਖ ਜੀ ਕਹਿੰਦੇ ਅੱਜ ਤਾਂ ਤੂੰ ਬਿਨਾਂ ਸੋਚੇ ਸਮਝੇ ਆਪਣੇ ਹੱਥ ਪੈਰ ਮੂੰਹ ਚਲਾਈ ਜਾਂਦਾ ਹੈ, ਕਿਉਂਕਿ ਕਈ ਵਾਰ ਅਸੀਂ ਐਸੇ ਸ਼ਬਦ ਵੀ ਬੋਲ ਦਿੰਦੇ ਹਾਂ ਜਿਹੜੇ ਸਾਡੇ ਮਾੜੇ ਕਰਮ ਬਣ ਜਾਂਦੇ ਨੇ। ਤਾਂ ਕਹਿੰਦੇ ਇਹ ਤੂੰ ਅੱਜ ਜੋ ਬਿਨਾਂ ਸੋਚੇ ਸਮਝੇ ਕਰ ਰਿਹਾ ਹੈ ਨਾ, ਇਹਦਾ ਤੈਨੂੰ ਹਿਸਾਬ ਇੱਕ ਨਾ ਇੱਕ ਦੇਣਾ ਪੈਣਾ ਹੈ, ਇਸ ਕਰਕੇ ਸੋਚ ਸਮਝ ਕੇ ਚੱਲ। ਏਦਾਂ ਹੀ ਨਾ ਇੱਕ ਵਾਰ ਦੀ ਗੱਲ ਆ, ਕਹਿੰਦੇ ਇੱਕ ਦੁਕਾਨਦਾਰ, ਉਹ ਦੁਕਾਨਦਾਰ ਦੀ ਦੁਕਾਨ ਦੇ ਅੱਗੇ ਆ ਕੇ ਰੋਜ਼ ਰੋਜ਼ ਇੱਕ ਕੁੱਤਾ ਬੈਠ ਜਾਇਆ ਕਰੇ। ਤਾਂ ਦੁਕਾਨਦਾਰ ਜਦੋਂ ਵੀ ਰੋਟੀ ਖਾਂਦਾ ਤਾਂ ਰੋਟੀ ਖਾਂਦਿਆਂ ਖਾਂਦਿਆਂ ਕਈ ਵਾਰ ਅੱਧੀ ਰੋਟੀ, ਕਈ ਵਾਰ ਰੋਟੀ ਦਾ ਟੁਕੜਾ ਜਾਂ ਫਿਰ ਇੱਕ ਰੋਟੀ ਉਸ ਕੁੱਤੇ ਨੂੰ ਪਾ ਦਿਆ ਕਰੇ। ਤਾਂ ਕਹਿੰਦੇ ਜਦੋਂ ਰੋਜ਼ ਰੋਜ਼ ਇੰਜ
दुकानदार ने कुत्ते नूं रोटी पाउणी तां ओह कुत्ता पक्का ही गिज गया। ओह रोज़ रोज़ उहदी दुकान ते अगे आ के बैठ जांदा, रोटी खांदा अते फिर चलिया जांदा। क्योंकि सियाणे कहिंदे ने इह जिहड़े जानवर हुंदे ने इह बड़े सियाणे हुंदे ने। जदों आपां इहनां दा मोह करदे आ ना तां इह अगों दुगणा मोह करदे ने। अते कुत्ते बारे तां खास करके कहा जाता कि कुत्ते बहुत वफादार होंदे ने। जिथों एक बार टुकड़ा खा लैन ना उस घर दे नाल वफादारी निभाउंदे ने। ते कहिंदे ओह बस कुत्ता रोज़ रोज़ दुकान दे उत्ते आउण लगा। ते कहिंदे रात नूं जदों ओह दुकानदार अपनी दुकान वधा के अपने घर नूं चलिया जांदा ना तां ओह कुत्ता फिर भी उसदी दुकान दे अगे रात नूं बैठा रहिंदा, उहदी दुकान दी राखी करदा, उत्थे ही सौ जांदा। जदों सवेरे ओह दुकानदार दुकान खोलदा तां उदों ओह कुत्ता उत्थों उठ के पासे चलिया जांदा। अते जदों रोटी खाण दा वेला हुंदा उस वेले ही ओह बाद विच आउंदा। इसे तरह कई दिन महीने बीत गए। हुण कुत्ते दी वी आदत बन चुकी सी दुकान दे अगे रात नूं सौणा, राखी करनी। अते दुकानदार नूं वी पता सी कि इह कुत्ता सारी रात दुकान दे अगे सुत्ता रहिंदा है, मेरी दुकान दी राखी करदा है। पर कहिंदे इक दिन की होया कि ओह दुकानदार दा किसी दे नाल कोई लड़ाई झगड़ा हो गया। मन परेशान सी, किसी तो अक्या होया आया अते जद आण के देखिया दुकान दे अगे कुत्ता सुत्ता है तां इह बेजबाने दे उत्ते आ के सारा गुस्सा कढ दित्ता। इहनूं दबका मार के उठाया। पहला तां दबका मारिया, पर हुण इह जानवर वी समझदार हुंदा है। हो सकता है जानवर दे मन दे विच आई कि पहला तां मेरे मालक ने मेरे नाल कदे वी इंज नहीं कीता, अज की गल होई। तां कहिंदे ओह कुत्ता इहदे पैरां नूं आ के सुंघण लगा। हो सकता है लाड करदा होवे, अपने मालक दे मूड नूं चेंज करन दी कोशिश करदा होवे। पर कहिंदे इह अक्के होए ने फिर उहनूं दबका मारिया, ओह भज के फिर इहदे वल आवे। तां कहिंदे इहने उत्थे इक वट्टा पिया सी, चुक के इहदे वल मार दित्ता। ओह वट्टा कुत्ते दी लत्त दे उत्ते जा लगा। लत्त दे उत्ते सट लग लंगड़ाउंदा होया कुत्ता चू चू करदा उस उत्थों चीकदा होया कुत्ता उत्थों चलिया गया। ये दुकानदार अपने काम ते लग गया। कहिंदे दोपहर नूं इहनूं इक फोन आउंदा है, जिस फोन तों बाद पता लगदा है कि इहनूं इहदे बिजनेस कारोबार दे विच वाधा होया है। तां इक अपने उस वादे करके बड़ा खुश हुंदा है। पर कहिंदे खुशी दे नाल नाल मन दे विच बेचैनी जी वी सी। इहनूं कुछ वी समझ नहीं सी लग रही कि मन पूरी तरह दे नाल खुश क्यों नहीं होया। तो फिर मन दे विच सोचदा कि चलो अज वाहेगुरु जी ने इन्नी वड्डी खुशी दित्ती आ, मैनू मेरे कारोबार दे विच नफा होया है, तो क्यों ना अज घर जाण तों पहला दान पुन कीता जावे। तो कहिंदे इह सोच के इन्ने अगे नालों पहला ही अपनी दुकान वधा दित्ती अते दान पुन करन दे लई उस जगह वल तुर पिया जिथे कुछ लोड़वंद जरूरतमंद बैठे हुंदे। तां कहिंदे जदों ही इह अपनी गड्डी दे विच बैठिया तां निक्की निक्की कणी दा मींह पैणा शुरू हो गया। जद तक इह उस जगह दे उत्ते पहुंचिया जिथे इहने दान पुन करना सी, जिथे लोड़वंदां दी सहायता करनी सी, तां उत्थे चिकड़ी जी हो गई, भाव कि चिक्कड़ हो गया। तां कहिंदे ज्यों ही इह अपनी गड्डी दे विचों उतरिया तां इहदा पैर तिलक गया। पैर तिलकण करके इह जोर दे नाल धरती दे उत्ते डिग पिया। इहने उठना चाहिया पर इहदे तों उठिया ना गया क्योंकि इहदी लत्त दे उत्ते काफ़ी सट वज चुकी सी। कहिंदे कोल खड़े लोकां ने जल्दी दे नाल आ के इहदी मदद कीती, इहनूं उठाया अते इहदी गड्डी दे विच बिठा दित्ता अते पुछण लगे कि की हो गया, किस तरह डिग गए। ते कहिंदे इह कहिण लगा कि मैनूं तां आप पता नहीं लगा कि मैं किंज डिग गया। दुकान तों तां सीधा आया सां भी चलो दान पुन करदे आ, भला करदे आ, पर पता नहीं वाहिगुरू जी नूं की मंजूर सी, वाहिगुरू जी ने मैनूं ਕਿਹੜੀ ਗਲਤੀ ਦੀ ਸਜ਼ਾ ਦੇ ਦਿੱਤੀ। ਤੇ ਕਹਿੰਦੇ ਜਦੋਂ ਇਹਨੇ ਇਹ ਕਿਹਾ ਨਾ ਕਿ ਵਾਹਿਗੁਰੂ ਜੀ ਨੇ ਪਤਾ ਨਹੀਂ ਕਿਹੜੀ ਗਲਤੀ ਦੀ ਸਜ਼ਾ ਦੇ ਦਿੱਤੀ, ਤੇ ਕੋਲ ਖੜੇ ਸੰਤ ਜੀ ਉੱਚੀ ਉੱਚੀ ਹੱਸਣ ਲੱਗੇ ਅਤੇ ਕਹਿਣ ਲੱਗੇ ਵੀ ਕੀ ਗੱਲ, ਆਪਣੀ ਕੀਤੀ ਹੋਈ ਗਲਤੀ ਇੰਨੀ ਛੇਤੀ ਭੁੱਲ ਗਿਆ। ਤੇ ਕਹਿੰਦੇ ਮਨੁੱਖ ਨੇ ਕਿਹਾ ਵੀ ਸੰਤ ਜੀ ਕਿਹੜੀ ਗਲਤੀ ਦੀ ਗੱਲ ਕਰ ਰਹੇ ਹੋ? ਤਾਂ ਸੰਤ ਜੀ ਨੇ ਕਿਹਾ ਵੀ ਸਵੇਰ ਦੀ ਗੱਲ ਭੁੱਲ ਗਿਆ ਹੈ, ਜਦੋਂ ਤੂੰ ਕਿਸੇ ਦਾ ਗੁੱਸਾ ਉਸ ਬੇਜ਼ਬਾਨੇ ਦੇ ਉੱਤੇ ਕੱਢਿਆ, ਉਹ ਬੇਜ਼ਬਾਨਾ ਤੇਰੀ ਇੱਕ ਰੋਟੀ ਬਦਲੇ ਸਾਰੀ ਸਾਰੀ ਰਾਤ ਤੇਰੀ ਦੁਕਾਨ ਦੀ ਰਖਵਾਲੀ ਕਰਦਾ। ਉਹਨੇ ਆਪਣੇ ਵੱਲੋਂ ਖਾਧੀ ਹੋਈ ਰੋਟੀ ਦਿਆ ਮੁੱਲ ਪਾਇਆ, ਤੇਰੇ ਨਾਲ ਵਫਾਦਾਰੀ ਕੀਤੀ ਅਤੇ ਤੂੰ ਉਹਦਾ ਕੀ ਗੁਣ ਪਾਇਆ? ਕਿਸੇ ਦਾ ਗੁੱਸਾ ਆਣ ਕੇ ਉਹਦੇ ਉੱਤੇ ਕੱਢ ਦਿੱਤਾ, ਸਵੇਰ ਦੀ ਉਹਦੀ ਲੱਤ 'ਤੇ ਵੱਟਾ ਮਾਰਿਆ, ਸਵੇਰ ਦਾ ਉਹ ਦਰਦ ਦੇ ਨਾਲ ਤੜਫ ਰਿਹਾ ਹੈ।
ਤਾਂ ਤੈਨੂੰ ਤੇਰੀ ਗਲਤੀ ਦੀ ਸਜ਼ਾ ਤਾਂ ਮਿਲਣੀ ਸੀ। ਤੇ ਕਹਿੰਦੇ ਸੰਤ ਜੀ ਦੇ ਮੂੰਹੋਂ ਇਹ ਗੱਲ ਸੁਣ ਕੇ ਉਹ ਦੁਕਾਨਦਾਰ ਬੜਾ ਸ਼ਰਮਿੰਦਾ ਹੋਇਆ ਅਤੇ ਪਰਮਾਤਮਾ ਤੋਂ ਮਾਫੀ ਮੰਗਣ ਲੱਗਾ, ਨੂੰ ਮਾਫ ਕਰ ਦੋ, ਸੱਚਮੁੱਚ ਮੈਂ ਉਸ ਬੇਜ਼ਬਾਨੇ ਦੇ ਨਾਲ ਬੜਾ ਗਲਤ ਕੀਤਾ ਹੈ। ਤਾਂ ਸੰਤ ਜੀ ਨੇ ਸਮਝਾਉਂਦੇ ਹੋਏ ਕਿਹਾ ਕਿ ਕਈ ਵਾਰ ਅਸੀਂ ਬਿਨਾਂ ਸੋਚੇ ਸਮਝੇ ਕੁਝ ਅਜਿਹੇ ਕੰਮ ਕਰ ਬੈਠਦੇ ਹਾਂ ਜਿਹਦੇ ਕਰਕੇ ਸਾਡੇ ਮਾੜੇ ਕਰਮ ਬਣ ਜਾਂਦੇ ਨੇ। ਫਿਰ ਮਾੜੇ ਕਰਮਾਂ ਦੀ ਜਦੋਂ ਸਾਨੂੰ ਸਜ਼ਾ ਮਿਲਦੀ ਆ ਤਾਂ ਅਸੀਂ ਗਿਲੇ ਸ਼ਿਕਵੇ ਸ਼ਿਕਾਇਤਾਂ ਵਾਹਿਗੁਰੂ ਜੀ ਦੇ ਨਾਲ ਕਰਦੇ ਹਾਂ। ਤਾਂ ਸਾਨੂੰ ਹਮੇਸ਼ਾ ਹੀ ਚੰਗੇ ਕਰਮ ਕਰਦੇ ਰਹਿਣਾ ਚਾਹੀਦਾ ਹੈ। ਤਾਂ ਇਹ ਕਹਾਣੀ ਦੇ ਰਾਹੀਂ ਕਹਾਣੀਕਾਰ ਨੇ ਵੀ ਸਾਨੂੰ ਇਹੋ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਕਿ ਅਸੀਂ ਕਈ ਵਾਰ ਕੁਝ ਗਲਤੀਆਂ ਜਾਣੇ ਅਣਜਾਣੇ ਦੇ ਵਿੱਚ ਕਰ ਦਿੰਦੇ ਹਾਂ, ਬਾਅਦ ਦੇ ਵਿੱਚ ਸਾਨੂੰ ਉਹਨਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ, ਫਿਰ ਦੁਖੀ ਹੁੰਦੇ ਹਾਂ। ਸਾਨੂੰ ਤਾਂ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਪਸ਼ਟ ਰੂਪ ਦੇ ਵਿੱਚ ਸਮਝਾਇਆ ਹੈ ਕਿ ਤੂੰ ਜਿਹੋ ਜਿਹੇ ਕਰਮ ਕਰੇਗਾ ਨਾ ਉਹੋ ਜਿਹਾ ਫਲ ਤੈਨੂੰ ਮਿਲਣਾ ਹੈ। ਤਾਂ ਫਿਰ ਹੁਣ ਇਹ ਤਾਂ ਆਪਣੇ 'ਤੇ ਆ ਕਿ ਆਪਾਂ ਕਿੱਦਾਂ ਦੇ ਕਰਮ ਕਰ ਰਹੇ ਹਾਂ, ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਣਾ ਪੈਣਾ ਹੈ। ਤਾਂ ਫਿਰ ਇਸ ਦੁਨੀਆਦਾਰੀ ਦੇ ਵਿੱਚ ਸੋਚ ਸਮਝ ਕੇ ਚੱਲਣਾ ਚਾਹੀਦਾ ਹੈ। ਹਰ ਇੱਕ ਕੰਮ ਨੂੰ ਕਰਨ ਲੱਗਿਆ ਪਹਿਲਾਂ ਇਹ ਸੋਚੋ ਵੀ ਚਲੋ ਆਪਣਾ ਭਲਾ ਹੁੰਦਾ ਹੈ ਉਹ ਠੀਕ ਆ, ਪਰ ਮੇਰੇ ਭਲੇ ਕਰਕੇ ਦੂਜੇ ਦਾ ਨੁਕਸਾਨ ਤਾਂ ਨਹੀਂ ਹੋ ਰਿਹਾ। ਪਰ ਜੇਕਰ ਆਪਾਂ ਉਹ ਨੁਕਸਾਨ ਜਾਣਬੁੱਝ ਕੇ ਕਿਸੇ ਦਾ ਕਰ ਰਹੇ ਹਾਂ ਤਾਂ ਉਹਦੀ ਸਜ਼ਾ ਸਾਨੂੰ ਮਿਲੇਗੀ ਹੀ ਮਿਲੇਗੀ। ਸਾਨੂੰ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰਬੱਤ ਦਾ ਭਲਾ ਕਰਨ ਵਾਲੇ ਬਣਾਇਆ ਹੈ ਅਤੇ ਭਲਾ ਵੀ ਬਿਨਾਂ ਵਿਤਕਰੇ ਤੋਂ ਬਿਨਾਂ ਭੇਦਭਾਵ ਤੋਂ ਕਰਨਾ ਹੈ। ਇਸ ਕਰਕੇ ਆਪਾਂ ਵੀ ਦੁਨੀਆਦਾਰੀ ਦੇ ਵਿੱਚ ਵਿਚਰਦਿਆਂ ਹੋਇਆਂ ਹਰ ਵੇਲੇ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ ਹੈ ਕਿ ਸਾਡੇ ਵੱਲੋਂ ਕੀਤਾ ਹੋਇਆ ਹਰ ਇੱਕ ਕੰਮ ਸਾਡਾ ਕਰਮ ਬਣ ਰਿਹਾ ਹੈ। ਭਾਵੇਂ ਅਸੀਂ ਕਿਸੇ ਮਨੁੱਖ ਦਾ ਮਾੜਾ ਕਰਦੇ ਹਾਂ, ਭਾਵੇਂ ਅਸੀਂ ਕਿਸੇ ਜੀਵ ਜੰਤੂ ਜਾਨਵਰ ਦਾ, ਭਾਵੇਂ ਅਸੀਂ ਕੁਦਰਤ ਨੂੰ ਨੁਕਸਾਨ ਪਹੁੰਚਾਉਂਦੇ ਹਾਂ, ਤਾਂ ਇਹਦਾ ਹਰਜਾਨਾ ਸਾਨੂੰ ਭੁਗਤਣਾ ਹੀ ਪੈਣਾ ਹੈ। ਪਰ ਜੇ ਅਸੀਂ ਇਹ ਜੀਵ ਜੰਤੂਆਂ ਦੇ ਨਾਲ, ਜਾਨਵਰਾਂ ਦੇ ਨਾਲ, ਕੁਦਰਤ ਦੇ ਨਾਲ, ਇਨਸਾਨਾਂ ਦੇ ਨਾਲ ਪਿਆਰ ਕਰਾਂਗੇ, ਇਹਨਾਂ ਦਾ ਭਲਾ ਕਰਾਂਗੇ, ਤਾਂ ਸਾਨੂੰ ਆਪਣਾ ਭਲਾ ਮੰਗਣ ਦੀ ਲੋੜ ਨਹੀਂ ਪੈਣੀ। ਬਸ ਮੁੱਕਦੀ ਗੱਲ ਇਹ ਆ ਕਿ ਜੇਕਰ ਅਸੀਂ ਚੰਗੇ ਕੰਮ ਕਰਾਂਗੇ ਤਾਂ ਉਹ ਚੰਗੇ ਕੀਤੇ ਹੋਏ ਕੰਮਾਂ ਦਾ ਨਤੀਜਾ ਸਾਨੂੰ ਚੰਗਾ ਮਿਲੇਗਾ, ਉਹਦਾ ਫਲ ਸਾਨੂੰ ਚੰਗਾ ਮਿਲੇਗਾ, ਸਾਡੇ ਨਾਲ ਸਭ ਕੁਝ ਚੰਗਾ ਚੰਗਾ ਹੋਵੇਗਾ। ਪਰ ਜੇਕਰ ਅਸੀਂ ਕੁਝ ਵੀ ਕਿਸੇ ਦੇ ਨਾਲ ਮਾੜਾ ਕਰਦੇ ਹਾਂ ਤਾਂ ਉਹਦਾ ਨੁਕਸਾਨ ਸਾਨੂੰ ਭੁਗਤਣਾ ਹੀ ਪੈਣਾ ਹੈ। ਤਾਂ ਫਿਰ ਆਓ ਹਰ ਵੇਲੇ ਸਰਬੱਤ ਦਾ ਭਲਾ ਕਰਨ ਦੀ ਕੋਸ਼ਿਸ਼ ਕਰੀਏ। ਤਾਂ ਜਦੋਂ ਵੀ ਕੋਈ ਵੀ ਜੀਵ ਜੰਤੂ ਮਿਲਦਾ ਹੈ, ਇਹ ਨਹੀਂ ਕਿ ਸਿਰਫ ਕੁੱਤਾ, ਕੋਈ ਵੀ ਜੀਵ ਜੰਤੂ ਜਾਨਵਰ ਆ, ਜੇ ਉਹਨੂੰ ਸਾਡੀ ਮਦਦ ਦੀ ਲੋੜ ਆ ਨਾ ਤਾਂ ਉਹਦੀ ਮਦਦ ਕਰੀਏ। ਤਾਂ ਇਸ ਕਰਕੇ ਜਿੱਥੇ ਵੀ ਸਾਨੂੰ ਭਲਾ ਕਰਨ ਦਾ ਮੌਕਾ ਮਿਲਦਾ ਹੈ, ਜਿੱਥੇ ਵੀ ਵਾਹਿਗੁਰੂ ਅਕਾਲ ਪੁਰਖ ਜੀ ਸਾਡੀ ਡਿਊਟੀ ਲਾਉਂਦੇ ਆ ਨਾ, ਉਹ ਡਿਊਟੀ ਨੂੰ ਇਮਾਨਦਾਰੀ ਦੇ ਨਾਲ ਨਿਭਾਉਣਾ ਹੈ। ਸਰਬੱਤ ਦਾ ਭਲਾ ਕਰਨ ਵਾਲੇ ਇਹ ਨਹੀਂ ਸੋਚਣਾ ਕਿ ਸਾਹਮਣੇ ਕੌਣ ਆ, ਭਾਵੇਂ ਕੋਈ ਜੀਵ ਜੰਤੂ ਆ, ਜਾਨਵਰ ਆ, ਕੋਈ ਪੰਛੀ ਆ ਅਤੇ ਭਾਵੇਂ ਕੋਈ ਇਨਸਾਨ ਆ, ਜੇ ਉਹਨੂੰ ਸਾਡੀ ਲੋੜ ਆ ਤਾਂ ਉਹਦਾ ਭਲਾ ਕਰੀਏ, ਜਿਸ ਵੀ ਤਰੀਕੇ ਦੇ ਨਾਲ ਕਰ ਸਕਦੇ ਹਾਂ ਤਾਂ ਸਾਡੇ ਕੀਤੇ ਹੋਏ ਭਲੇ ਦਾ ਸਾਨੂੰ ਫਲ ਮਿਲੇਗਾ। ਪਰ ਜੇ ਕੁਝ ਵੀ ਅਸੀਂ ਮਾੜਾ ਕਰਦੇ ਹਾਂ ਤਾਂ ਉਹ ਮਾੜੇ ਦਾ ਨਤੀਜਾ ਵੀ ਸਾਨੂੰ ਹੀ ਭੁਗਤਣਾ ਪੈਣਾ ਹੈ, ਕਿਉਂਕਿ ਕਰਮਾਂ ਦੀ ਖੇਡ ਤੋਂ ਨਾ ਅੱਜ ਤੱਕ ਕੋਈ ਬਚ ਪਾਇਆ ਹੈ ਅਤੇ ਨਾ ਹੀ ਕੋਈ ਬਚ ਸਕਦਾ ਹੈ। ਇਸ ਕਰਕੇ ਹਮੇਸ਼ਾ ਦੂਸਰਿਆਂ ਦੇ ਲਈ ਚੰਗਾ ਸੋਚਣਾ, ਚੰਗਾ ਕਰਨਾ ਹੈ ਤਾਂ ਆਪਣਾ ਚੰਗਾ ਮੰਗਣ ਦੀ ਲੋੜ ਨਹੀਂ ਪੈਣੀ, ਸਾਡੇ ਨਾਲ ਸਭ ਕੁਝ ਵਧੀਆ ਵਧੀਆ ਚੰਗਾ ਚੰਗਾ ਹੋਵੇਗਾ। ਤਾਂ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਫਿਰ ਇਹਨੂੰ ਲਾਈਕ ਕਰ ਦੇਣਾ, ਸ਼ੇਅਰ ਕਰ ਦੇਣਾ। ਪਰ ਜੇ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ, ਕਿਸੇ ਨੂੰ ਕੋਈ ਗੱਲ ਚੰਗੀ ਨਾ ਲੱਗੀ ਹੋਵੇ ਤਾਂ ਮਾਫ਼ ਕਰ ਦੇਣਾ।